ਅਸੀਂ ਸਾਰਿਆਂ ਨੇ ਇੱਕ ਗਾਣਾ ਇੰਜੋਏ ਕੀਤਾ ਸੀ ਜਿਸ ਗਾਣੇ ਦਾ ਟਾਈਟਲ ਸੀ ਕੈਲੀਫੋਰਨੀਆ। ਜੀ ਹਾਂ, ਕੈਲੀਫੋਰਨੀਆ ਗਾਣਾ ਜਿਸ ਨੂੰ ਗਾਇਆ ਗਿਆ ਸੀ ਨਿਸ਼ਾਨ ਪੁੱਲਰ ਐਂਡ ਉਸ ਗਾਣੇ ਵਿੱਚ ਸਾਨੂੰ ਨਜ਼ਰ ਆਏ ਸੀ ਸ਼ਹਿਨਾਜ਼ ਗਿੱਲ। ਜੀ ਹਾਂ, ਨਿਸ਼ਾਨ ਪੁੱਲਰ ਵੱਲੋਂ ਇਸ ਗੀਤ ਨੂੰ ਗਾਇਆ ਗਿਆ ਸੀ ਅਤੇ ਇਸ ਗਾਣੇ ਵਿੱਚ ਫੀਚਰ ਕਰਦੇ ਹੋਏ ਸਾਨੂੰ ਨਜ਼ਰ ਆਏ ਸੀ ਸ਼ਹਿਨਾਜ਼ ਗਿੱਲ। ਇਸ ਗਾਣੇ ਵਿੱਚ ਸਾਨੂੰ ਇਹਨਾਂ ਦੋਨਾਂ ਦੀ ਕੈਮਿਸਟਰੀ ਕਾਫੀ ਪਸੰਦ ਆਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਸਾਨੂੰ ਇਹਨਾਂ ਦੋਨਾਂ ਦੀ ਕੈਮਿਸਟਰੀ ਦੇਖਣ ਨੂੰ ਮਿਲਣ ਵਾਲੀ ਹੈ ਨਿਸ਼ਾਨ ਪੁੱਲਰ ਦੇ ਆਉਣ ਵਾਲੇ ਇਸ ਨਵੇਂ ਟਰੈਕ ਦੇ ਵਿੱਚ। ਜੀ ਹਾਂ, ਕੁਝ ਦਿਨ ਪਹਿਲਾਂ ਵੀ ਨਿਸ਼ਾਨ ਪੁੱਲਰ ਵੱਲੋਂ ਸਾਡੇ ਨਾਲ ਇੱਕ ਫੋਟੋ ਸ਼ੇਅਰ ਕਰਕੇ ਦੱਸਿਆ ਗਿਆ ਕਿ ਜਲਦ ਹੀ ਉਹ ਸ਼ਹਿਨਾਜ਼ ਗਿੱਲ ਦੇ ਨਾਲ ਕੋਈ ਗਾਣਾ ਲੈ ਕੇ ਆ ਰਹੇ ਨੇ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਉਸ ਗਾਣੇ ਬਾਰੇ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਸ਼ਹਿਨਾਜ਼ ਗਿੱਲ ਦੇ ਨਾਲ ਪਿਕਚਰ ਸ਼ੇਅਰ ਕਰਕੇ ਸਾਨੂੰ ਦੱਸਿਆ ਉਹਨਾਂ ਦੇ ਅਪਕਮਿੰਗ ਆਉਣ ਵਾਲੇ ਪ੍ਰੋਜੈਕਟ ਬਾਰੇ। ਆਓ ਤੁਸੀਂ ਚੈੱਕ ਕਰੋ ਇਸ ਪੋਸਟ ਨੂੰ। ਫੋਟੋ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਨਿਊ ਸੌਂਗ ਔਨ ਦ ਵੇ। ਜੀ ਹਾਂ, ਜਲਦ ਹੀ ਉਹ ਸਾਡੇ ਸਾਰਿਆਂ ਲਈ ਗਾਣਾ ਲੈ ਕੇ ਆ ਰਹੇ ਨੇ ਜਿਸ ਗਾਣੇ ਵਿੱਚ ਸਾਨੂੰ ਉਹਨਾਂ ਦੇ ਨਾਲ ਨਜ਼ਰ ਆਉਣਗੇ ਸ਼ਹਿਨਾਜ਼ ਗਿੱਲ। ਜੇ ਗੱਲ ਕਰਾਂ ਮੈਂ ਸ਼ਹਿਨਾਜ਼ ਗਿੱਲ ਦੀ ਤਾਂ ਸ਼ਹਿਨਾਜ਼ ਗਿੱਲ ਬਿਗ ਬੌਸ ਦੇ ਕਰਕੇ ਅੱਜ ਕੱਲ੍ਹ ਪੂਰੇ ਇੰਡੀਆ ਵਿੱਚ ਛਾਏ ਪਏ ਨੇ। ਹਰ ਕੋਈ ਉਹਨਾਂ ਨੂੰ ਦੇਖਣਾ ਪਸੰਦ ਕਰਦਾ ਹੈ, ਹਰ ਕੋਈ ਉਹਨਾਂ ਨੂੰ ਸੁਣਨਾ ਪਸੰਦ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਰੀਸੈਂਟਲੀ ਕਲਰਸ ਟੀਵੀ 'ਤੇ ਉਹਨਾਂ ਦਾ ਸ਼ੋਅ ਵੀ ਚੱਲ ਰਿਹਾ ਹੈ ਮੁਝਸੇ ਸ਼ਾਦੀ ਕਰੋਗੀ, ਜਿਸ ਰਾਹੀਂ ਵੀ ਉਹ ਸਾਰਿਆਂ ਦਾ ਪਿਆਰ ਬਟੋਰ ਰਹੇ ਨੇ। ਸੋ ਮੈਨੂੰ ਲੱਗਦਾ ਕਿ ਇਸ ਗਾਣੇ ਵਿੱਚ ਵੀ ਅਸੀਂ ਉਹਨਾਂ ਨੂੰ ਉਨਾ ਹੀ ਇੰਜੋਏ ਕਰਾਂਗੇ ਜਿੰਨਾ ਅਸੀਂ ਉਹਨਾਂ ਨੂੰ ਬਿਗ ਬੌਸ ਦੇ ਘਰ ਵਿੱਚ ਇੰਜੋਏ ਕੀਤਾ ਹੈ। ਰੀਸੈਂਟਲੀ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਸੀਗਾ ਉਹਨਾਂ ਦਾ ਗਾਣਾ ਸਾਈਡ ਵਾਕ, ਜੋ ਕਿ ਸਾਰਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਸੀਂ ਰੀਸੈਂਟਲੀ ਇੰਜੋਏ ਕੀਤਾ ਨਿਸ਼ਾਨ ਪੁੱਲਰ ਦਾ ਗੀਤ ਭਾਬੀਏ। ਭਾਬੀਏ ਗਾਣੇ ਨੂੰ ਵੀ ਸਾਰਿਆਂ ਨੇ ਖੂਬ ਪਿਆਰ ਦਿੱਤਾ ਸੀ ਸਾਰਿਆਂ ਵੱਲੋਂ, ਇਸ ਗਾਣੇ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਸੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਹੁਣ ਤੱਕ ਨਿਸ਼ਾਨ ਪੁੱਲਰ ਦੇ ਕਈ ਸੁਪਰਹਿੱਟ ਟਰੈਕਸ ਨੂੰ ਵੀ ਇੰਜੋਏ ਕੀਤਾ ਹੈ। ਸੋ ਜਿੱਥੇ ਅਸੀਂ ਨਿਸ਼ਾਨ ਪੁੱਲਰ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਕੈਲੀਫੋਰਨੀਆ ਗਾਣੇ ਵਿੱਚ ਪਿਆਰ ਦਿੱਤਾ ਸੀ, ਆਈ ਐਮ ਸ਼ੋਰ ਕਿ ਉਹਨਾਂ ਦੇ ਸੌਣ ਵਾਲੇ ਅਪਕਮਿੰਗ ਟਰੈਕ ਵਿੱਚ ਵੀ ਅਸੀਂ ਉਹਨਾਂ ਸਾਰਿਆਂ ਨੂੰ ਖੂਬ ਪਿਆਰ ਦੇਵਾਂਗੇ। ਤਾਂ ਕਿ ਹੁਣ ਤੱਕ ਜਿਸ ਤਰ੍ਹਾਂ ਅਸੀਂ ਨਿਸ਼ਾਨ ਪੁੱਲਰ ਦੇ ਗੀਤਾਂ ਨੂੰ ਪਿਆਰ ਦਿੱਤਾ ਹੈ, ਆਈ ਐਮ ਸ਼ੋਰ ਕਿ ਉਹਨਾਂ ਦਾ ਆਉਣ ਵਾਲਾ ਇਹ ਗਾਣਾ ਵੀ ਸੁਪਰਹਿੱਟ ਹੋਵੇਗਾ। ਬਾਕੀ ਜਦ ਵੀ ਸਾਨੂੰ ਇਸ ਗਾਣੇ ਦਾ ਪੋਸਟਰ ਮਿਲਦਾ ਹੈ ਅਸੀਂ ਤੁਹਾਡੇ ਤੱਕ ਉਹ ਪੋਸਟਰ ਜ਼ਰੂਰ ਪਹੁੰਚਾਵਾਂਗੇ। ਬਾਕੀ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਗਬਰੂ ਤੇ ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।